ਤੇ ਹਾਂਜੀ ਅਸੀਂ ਬੈਠੇ ਸੀਗੇ ਤੇ ਮਾਲ ਮੋਲ ਲਾ ਰਹੇ ਸੀਗੇ ਤੇ ਮੈਨੇ ਕਿਹਾ ਮਾ ਚੱਲ ਨਾਲੇ ਮਾਲ ਲਾ ਲੈਂਦੇ ਨਾਲੇ ਵੀਡੀਓ ਬਣਾ ਲੈਂਦੇ ਹੈਗੇ ਤੇ ਚਲੋ ਆਪਾਂ ਦਾਰਾ ਮਾਲ ਲਾ ਰਿਹਾ ਸੀਗਾ ਤੇ ਆਪਾਂ ਉਹਦੇ ਨਾਲ ਮਿਲਾਉਂਦੇ ਹਾਂ ਤੁਹਾਨੂੰ ਤੇ ਹਾਂਜੀ ਦਾਰਾ ਜੀ ਕੀ ਹਾਲ ਚਾਲ ਆ ਤੁਹਾਡਾ ਅੱਜ ਦਾ ਵਿਚਾਰ ਹੈਗਾ ਵੀਰੇ ਖੁਦ ਨੂੰ ਖੁਦ ਵਿੱਚ ਲੱਭੋ ਤੇ ਦੂਜਿਆਂ ਲਈ ਗੂਗਲ ਹੈ ਕਿੱਥੇ ਕਿੱਥੇ ਮਜ਼ਾਕ ਨਹੀਂ ਕਰਨਾ ਹੁਣ ਆਪਾਂ ਵੀਡੀਓ ਬਣਾ ਰਹੇ ਹਾਂ ਠੀਕ ਆ ਤੇ ਵੀਡੀਓ ਬਣਾਉਣੀ ਹੈ ਕਿ ਮਾਲ ਮੂਲ ਲਾ ਰਹੇ ਸੈੱਟ ਕਰਕੇ ਨਵਾਂ ਮਾਲ ਆਇਆ ਹੈਗਾ ਸਾਰਾ ਨਵਾਂ ਸਟਾਕ ਆ ਰਿਹਾ ਰੱਖੜੀ ਆਈ ਹੈ ਨਾ ਹੁਣ ਤਿਆਰੀ ਕਰ ਲਈ ਆਪਾਂ ਉਹਦੀ ਅੱਛਾ ਰੱਖੜੀ ਦਾ ਵੀਰੇ ਮਾਲ ਆਇਆ ਬੱਚਿਆਂ ਦਾ ਤੇ ਅਸੀਂ ਬੱਚਿਆਂ ਦਾ ਮਾਲ ਲਾ ਰਹੇ ਹਾਂਗੇ ਆ ਦੇਖੋ ਸਾਰਾ ਮਾਲ ਆ ਸਾਡਾ ਬੱਚਿਆਂ ਦਾ ਜਿਹਨੇ ਲੈਣਾ ਹੋਵੇ ਤਾਂ ਤੁਸੀਂ ਅਦਾਲਤ ਵਿਹਾਰ ਬਾਬਾ ਕਲੈਕਸ਼ਨ ਤੇ ਆ ਕੇ ਬੱਚਿਆਂ ਦਾ ਮਾਲ ਜੋ ਮਰਜ਼ੀ ਮਨ ਪਸੰਦ ਦਾ ਲੈ ਕੇ ਜਾ ਸਕਦੇ ਹੋਗੇ ਸਾਨੂੰ ਹਰ ਇੱਕ ਵੈਰਾਈਟੀ ਮਿਲੇਗੀ ਬੱਚਿਆਂ ਦੀ ਨਵੇਂ ਮਾਲ ਤੇ ਕੋਈ ਲੈਸ ਨਹੀਂ ਹੈਗਾ ਕਿਤੇ ਸਾਡੇ ਗਾਲਾ ਪਵਾ ਦੋ ਕਿ ਵੀਆ ਮੁੰਡਿਆਂ ਨੇ ਵੀਡੀਓ ਸੀ ਵੀਡੀਓ ਦੇਖ ਕੇ ਆਏਗੇ ਤੇ ਹਾਂਜੀ ਦਾਰਾ ਜੀ ਹੋਰ ਨਵੀਂ ਤਾਂ ਜੀ ਨਵੀਂ ਤਾਂ ਜੀ ਹੈ ਦੋ ਦਿਨ ਹੋ ਗਏ ਮੌਸਮ ਖਰਾਬ ਹੋਇਆ ਪਿਆ ਦਾਰਾ ਜੀ ਥੋੜਾ ਜ਼ੋਰ ਕੇ ਬੋਲਿਆ ਕਰੋ ਰੁਮਾਲ ਫੂਕ ਰੁਮਾਲ ਚ ਫੂਕਦੀ ਹੋ ਆਵੇ ਬਾਲ ਥੋੜੀ ਠੀਕ ਆ ਮੇਰੇ ਯਾਦ ਨਹੀਂ ਦਾਰਾ ਜੀ ਤੁਹਾਡੇ ਡੱਬੇ ਮੂਰੇ ਆ ਰਹੇ ਨੇ ਇਹ ਨਿਊ ਮਾਲ ਵਾਲੇ ਠੀਕ ਹੈ ਇਹਨਾਂ ਨੂੰ ਮਾਰਾ ਗਾਰੰਟੀ ਵਾਲਾ ਮਾਲ ਹੈ ਨਾ ਹੈ ਗਾਰੰਟੀ ਵਾਲਾ ਅੱਛਾ ਗਾਰੰਟੀ ਵਾਲਾ ਮਾਲ ਆ ਇਹ ਨਵਾਂ ਮਾਲ ਆਇਆ ਇਹ ਤੁਹਾਡਾ ਅੱਛਾ ਤੇ ਆ ਦੇਖੋ ਸਾਰਾ ਮਾਲ ਆਇਆ ਹੋਇਆ ਜੀ ਸਾਡਾ ਤੇ ਅਸੀਂ ਸਾਡੇ ਮੈਡਮ ਸੈੱਟ ਕਰਾਓ ਸੈੱਟ ਵਗੈਰਾ ਲਾ ਰਹੇ ਸੀਗਾ ਟੈਗ ਲਾ ਰਹੇ ਹਾਂਗੇ ਬਣਾ ਕੇ ਤੇ ਆ ਸਾਡੇ ਟੇਲਰ ਜੀ ਸੈਟਿੰਗ ਕਰ ਰਹੇ ਨੇ ਸੂਟਾਂ ਦੀ ਤੇ ਸੰਗ ਦੇ ਬਾਰੇ ਵਿਚਾਰੇ ਬੋਲੇ ਨਹੀਂ ਹੈਗੇ ਤੇ ਅਸੀਂ 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 ਤਾਂ ਭਕਾਈ ਕਰਦੀ ਰਹਿੰਦੇ ਹਾਂਗੇ ਤੁਸੀਂ ਸਾਡੀ ਭਕਾਈ ਸੁਣਦੀ ਰਹਿੰਦੇ ਹੋਗੇ ਤੇ ਜੇ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਨਵੀਆਂ ਫਿਲਮਾਂ ਹੋਣਗੀਆਂ ਉਹ ਵੀ ਸਾਰੀ ਸਟਿਚਿੰਗ ਹੁਣ ਬੋਲੋ ਜਿਹੜੀ ਆਪਣੀ ਆਉਣ ਵਾਲੀ ਫਿਲਮਾਂ ਹੋਣਗੀਆਂ ਨਾ ਜਿਹੜੇ ਮਾਡਲ ਵੇਅਰ ਜਿੰਨੇ ਵੀ ਸੂਟ ਉਹ ਪਾਣ ਕਰਨਗੇ ਉਹ ਸਾਡੀ ਮੈਡਮ ਸਟਿਚ ਕਰਕੇ ਦੇਣ ਕਰਨਗੇ ਔਰ ਅਸੀਂ ਤੁਹਾਨੂੰ ਵੇਅਰ ਕਰਕੇ ਦਿਖਾਈ ਕਰਾਂਗੇ ਠੀਕ ਆ ਜੀ ਵੈਸੇ ਤੁਸੀਂ ਜੋ ਬੋਲੋ ਸਮਝ ਭੋਰ ਵਾਲੀ ਆਈ ਹੈਗੀ ਤੁਹਾਡੀ ਪਰ ਆਪਾਂ ਫਿਰ ਵੀ ਕੋਈ ਗੱਲ ਨਹੀਂ ਬੰਦੇ ਦੁਬਾਰਾ ਰਿਪੀਟ ਕਰ ਲੈਣਗੇ ਵੀ ਬੋਲਿਆ ਕੀ ਹੈਗਾ ਠੀਕ ਆ ਤੇ ਯਾਰ ਵੈਸੇ ਅੱਜ ਮੇਰੇ ਹੱਥ ਤੇ ਵੀ ਸੱਟ ਵੱਜੀ ਸੀ ਕਿਦਾਰੇ ਮੇਰੇ ਹੱਥ ਤੇ ਸੱਟ ਵੱਜੀ ਸੀ ਅੱਜ ਮੈਂ ਸ਼ਟਰ ਖੋਲ ਰਿਹਾ ਸੀਗਾ ਸੱਟਾਂ ਤਾਂ ਯਾਰ ਲੱਗਦੀਆਂ ਰਹਿੰਦੀਆਂ ਕਿਉਂਕਿ ਹੁਣ ਕੰਮ ਤੇ ਦੇਣਾ ਸੱਟਾਂ ਲੱਗਣਗੀਆਂ ਤਾਂ ਹੀ ਦਿਹਾੜੀ ਮਿਲੇਗੀ ਆਪਣਾ ਖੂਨ ਪਸੀਨਾ ਬਹਾ ਕੇ ਤਾਂ ਜਾ ਕੇ ਆਪਾਂ ਦਿਹਾੜੀ ਮਿਲਦੀ ਹੁੰਦੀ ਅੱਛਾ ਆਪਾਂ ਨੇ ਇਹ ਤਾਂ ਹੈ ਨਹੀਂ ਘੁੰਮਣ ਵਾਲੀ ਕੁਰਸੀ ਤੇ ਬੈਠੇ ਤੇ ਆਪਾਂ ਨੂੰ ਦਿਹਾੜੀ ਮਿਲ ਜੇਗੀ ਆਪਾਂ ਖੂਨ ਬਹਾਵਾਂਗੇ ਆਪਣਾ ਪਸੀਨਾ ਬਹਾਵਾਂਗੇ ਤਾਂ ਜਾ ਕੇ ਆਪਾਂ ਨੂੰ ਦਿਹਾੜੀ ਮਿਲੇਗੀ ਇੰਨੀਆਂ ਇੰਨੀਆਂ ਡੂੰਘੇ ਇੰਨੇ ਡੂੰਘੇ ਵਿਚਾਰ ਤੇਰੇ ਦਾਰੇ ਯਾਰ ਕਿੱਥੋਂ ਕਿੱਥੋਂ ਇਹ ਧਰਮਿੰਦਰ ਜੀ ਤੁਹਾਡੇ ਤੋਂ ਥੋੜੇ ਬਹੁਤਾ ਸਿੱਖਿਆ ਲਈ ਹੈ ਮੈਂ ਜੀ ਅੱਛਾ ਹਾਂਜੀ ਤੇ ਆਪਣੀ ਵੈਬ ਸੀਰੀਜ਼ ਆਉਣੀ ਬਣਾਉਣੀ ਸੀਗੀ ਕਦੋਂ ਸਟਾਰਟ ਕਰਨੀ ਹੈ ਫਿਰ ਵੈਬ ਸੀਰੀਜ਼ ਜ਼ਰੂਰ ਸ਼ੁਰੂ ਕਰਾਂਗੇ ਜੇ ਤੁਹਾਡੀ ਸਾਰਿਆਂ ਦੀ ਸਪੋਰਟ ਰਹੀ ਤੇ YouTube ਤੇ ਥੋੜਾ ਪੈਸਾ ਚੰਗਾ ਆ ਜਾਵੇ ਤੁਸੀਂ ਪੈਸਾ ਪੈਸੇ ਨੂੰ ਬਾਅਦ ਚ ਪਹਿਲਾਂ ਲੈ ਕਰ ਪਹਿਲਾਂ ਤੁਸੀਂ ਐਂ ਕਹਿਆ ਕਰੋ ਵੀ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਲਾਈਕ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਆ ਸਾਨੂੰ ਵਿਊ ਦੀ ਜ਼ਿਆਦਾ ਜ਼ਰੂਰਤ ਆ ਕਿ ਵਿਊ ਲਿਆਓ ਸਾਡੀ ਵੀਡੀਓ ਤੇ ਵੱਧ ਤੋਂ ਵੱਧ ਠੀਕ ਆ ਬਾਕੀ ਮਰਜ਼ੀ ਤੁਹਾਡੀ ਆ ਤੁਸੀਂ ਜੋ ਮਰਜ਼ੀ ਕਰੋ ਐਵੇਂ ਲੱਗਿਆ ਕਰ ਫਿਰ ਅਗਲਾ ਹੋਊਗਾ ਜਦ ਸਾਡੀ ਉਹ ਮਰਜ਼ੀ ਆ ਕਿ ਫਿਰ ਅਸੀਂ ਜੋ ਮਰਜ਼ੀ ਕਰੀਏ ਹਨਾ ਨਹੀਂ ਐਵੇਂ ਨਹੀਂ ਕਹਿਣਾ ਹੈਗਾ ਆ ਸਰ ਥੋੜਾ ਜਿਹਾ ਰਹਿ ਗਿਆ ਜੀ ਅੱਧੇ ਮਾਲ ਤੇ ਲੱਗ ਗਿਆ ਜੀ ਨੀਚੇ ਸਾਡੇ ਓਨਰ ਦੀ ਆਵਾਜ਼ ਆ ਗਈ ਅਸੀਂ ਟਾਈਮ ਪਾਸ ਕਰਦੇ ਰਹੇ ਆ ਸਾਰਾ ਅਸੀਂ ਵੀਡੀਓ ਬਣਾ ਰਹੇ ਸੀ ਨਾ ਵਿੱਚ ਨਾਲ ਬਲੌਗਿੰਗ ਕਰ ਰਹੇ ਸੀਗੇ ਤੇ ਥੋੜੇ ਮਾਲ ਤੇ ਅਸੀਂ ਮਾ ਟੈਗ ਵਗੈਰਾ ਲਗਾਤੇ ਤੇ ਸਾਡਾ ਥੋੜਾ ਜਿਹਾ ਮਾਲ ਰਹਿ ਗਿਆ ਤੇ ਅਸੀਂ ਕਹਿੰਦੇ ਆਗੇ ਵੀ ਹੁਣ ਮਾਲ ਸੈੱਟ ਕਰਕੇ ਹੀ ਫਿਰ ਵੀਡੀਓ ਬਣਾਵਾਂਗੇ ਤੇ ਜਿਹੜੀ ਆ ਵੀਡੀਓ ਬਣੀ ਹੈਗੀ ਸਾਡੀ ਇਹਨੂੰ ਪਿਆਰ ਦਿਓ ਤੇ ਜਿਹੜੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਪੁਰਾਣੇ ਨੇ ਉਹ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਸਾਰਿਆਂ ਨੂੰ ਆਈ ਲਵ ਯੂ